ਹਾਲਾਤ ਬਹੁਤ ਮਾੜੇ ਨੇ ਅੱਗੇ ਨਾਲ ਬਿਹਤਰ ਬਾਕੀ ਲੋਕਾਂ ਨੂੰ ਤਕਰੀਬਨ ਕੋਈ ਕੋਈ ਸਮਾਨ ਹੁਣ ਚੁੱਕ ਕੇ ਅਸੀਂ ਚੁਕਾਈ ਜਾਂਦੇ ਸਾਡੀ ਜਿੰਮੇਵਾਰੀ ਬਣਦੀ ਹੈ ਡੀਸੀ ਆਫਿਸ ਸਭ ਤੋਂ ਪਹਿਲਾਂ ਰਾਤ ਐਸਪੀ ਮਨਜੀਤ ਸਿੰਘ ਵਿਚਾਰਾ ਰਾਤ ਨੂੰ ਇੱਥੇ ਆਏ ਆ ਸਾਰਿਆਂ ਨੂੰ ਹਲਟ ਕਰਕੇ ਗਏ ਆ ਸਮਝਾ ਕੇ ਗਏ ਆ ਵੀ ਆਪੋ ਆਪਦਾ ਸੰਭਲ ਜਾਓ ਰਾਤ ਬਹੁਤ ਮਨਜੀਤ ਸਿੰਘ ਡੀ ਐਸ ਪੀ ਐਸ ਪੀ ਨੇ ਉਹਨੇ ਬਹੁਤ ਹੈਲਪ ਕੀਤੀ ਹੈ ਪਰ ਲੇਕਿਨ ਰਾਤ ਦੇ ਲੱਗੇ ਹੋਏ ਅਸੀਂ ਲੋਕਾਂ ਦੇ ਘਰਾਂ ਦੇ ਵਿਚ ਵੀ ਆਪੋ ਦਾ ਸਮਾਨ ਕੱਢੋ ਤਾਂ ਸੁਰੱਖਿਅਤ ਜਗ੍ਹਾ ਤੇ ਚਲੀਏ ਪਰ ਅਸੀਂ ਫਾਈਲਕਾਂ ਜੋ ਡੀਸੀ ਆਫਿਸ ਹੁਕਮ ਕਰਨਗੇ ਕਿਤੇ ਕਿਤੇ ਕੰਮ ਸਾਡਾ ਲੱਗੂਗਾ ਅਸੀਂ ਉੱਥੇ ਸਾਰੀ ਪਬਲਿਕ ਲੈ ਕੇ ਉੱਥੇ ਜਾ ਕੇ ਪਹੁੰਚਾਂਗੇ ਜੀ ਪਰ ਅਸੀਂ ਕੋਈ ਇੱਕਾ ਦੁੱਕਾ ਕੋਈ 25-30 ਘਰ ਅਸੀਂ ਕੱਢੇ ਆ ਬਾਹਰ ਲੈ ਗਿਆ ਸਮਾਨ ਵਾਪਸ ਕੋਈ ਅਸੀਂ ਕਢਾਈ ਜਾਂਦੇ ਹਾਂ ਕਿਵੇਂ ਕਿਵੇਂ ਪਾਣੀ ਵਧੀ ਜਾਂਦਾ ਉਸ ਹਿਸਾਬ ਤੇ ਅਸੀਂ ਘਰ ਤੋਂ ਸਮਾਨ ਚੁੱਕ ਕੇ ਸੁਰੱਖਿਅਤ ਜਗ੍ਹਾ ਤੇ ਭੇਜਦੇ ਪਏ ਹਾਂ ਵਧੀਆ 55,000 ਅਰੀਕਾ ਤੋਂ ਪਾਣੀ ਛੱਡਿਆ ਗਿਆ ਉਹਦੇ ਅੱਗੇ ਨਾਲ ਬਹੁਤ ਕੰਮ ਅੱਗੇ ਵਧਾ ਅੱਗੇ ਵੀ ਸਾਡੇ ਬਹੁਤ ਪਾਣੀ ਆਉਂਦੇ ਨੇ ਹਰ ਸਾਲੇ ਸਾਡੇ ਪਾਣੀ ਨਾ ਸਾਨੂੰ ਮੁਆਵਜ਼ਾ ਨਾ ਸਾਨੂੰ ਕੱਚੇ ਲਾਲ ਲਕੀਰ ਦੇ ਵਿੱਚ ਹੈਗੇ ਨਾ ਸਾਨੂੰ ਮੁਆਵਜ਼ਾ ਨਾ ਸਾਡੇ ਵਾਸਤੇ ਕੋਈ ਮਕਾਨ ਪੱਕਾ ਕੁਛ ਵੀ ਨਹੀਂ ਸਾਡਾ ਮੁਆਵਜ਼ਾ ਵੀ ਨਹੀਂ ਸਾਨੂੰ ਦਿੱਤਾ ਜਾਂਦਾ ਅਸੀਂ ਬਾਰਡਰ ਤੇ ਮਰੇ ਤਾਂ ਪਏ ਇਧਰ ਬਾਰਡਰ ਦੀ ਮਾਰ ਹੈਗੀ ਏ ਇਹ ਤਾਂ ਸਾਨੂੰ ਪਾਣੀ ਦੀ ਮਾਰ ਏ ਅੱਗੇ ਸਾਨੂੰ ਕੋਰੋਨਾ ਦੀ ਮਾਰ ਸੀ ਪਰ ਲੇਕਿਨ ਹੱਥ ਜੋੜ ਤੇ ਡੀਸੀ ਮੈਡਮ ਨੂੰ ਇਹ ਮਿਹਨਤੀ ਕੀਤੀ ਜਾਂਦੀ ਏ ਵੀ ਇੱਕ ਤਾਂ ਸਾਡੀ ਪੈਲੀ ਲਾਲ ਲਕੀਰ ਤੋਂ ਉਹ ਹਟਾਈ ਜਾਵੇ ਸਾਨੂੰ ਜਿਹੜੇ ਪੱਕੀਆਂ ਪੈਲੀਆਂ ਕਿਤੇ ਨਾ ਸਾਨੂੰ ਕੋਈ ਮੁਆਵਜ਼ਾ ਕੋਈ ਚੀਜ਼ ਨਹੀਂ ਦਿੱਤੇ ਰਹਿੰਦੇ ਅਸੀਂ ਤਾਂ ਐਵੇਂ ਬੈਠੇ ਹਾਂ ਇਸ ਨਾਲ ਤਾਂ ਸਾਨੂੰ ਕੋਈ ਚੀਜ਼ ਦੇ ਤੇ ਸਾਨੂੰ ਮਾਰਿਆ ਜਾਵੇ ਵੀ ਸਾਡੇ ਕੋਈ ਪੱਲੇ ਕੁਛ ਨਹੀਂ ਜਦੋਂ ਪਾਣੀ ਉਹ ਛੱਡ ਰਹੇ ਅੱਜ ਰਾਤ ਤੱਕ ਜਾਂ ਕੱਲ ਸਵੇਰ ਤੱਕ ਪਾਣੀ ਆਉਣ ਦੀ ਸੰਭਾਵਨਾ ਹੈ ਤੇ ਅਸੀਂ ਉਹਦੇ ਪ੍ਰੀ ਅਰੇਂਜਮੈਂਟ ਸੀ ਕਰਨ ਆਏ ਕਿ ਕਿੰਨੇ ਪਿੰਡਾਂ ਨੂੰ ਇਫੈਕਟ ਕਰੇਗਾ ਪਾਣੀ ਤੇ ਜੇ ਉੱਥੇ ਹੈਬਿਟੇਸ਼ਨ ਹੈ ਲੋਕ ਰਹਿ ਰਹੇ ਹੈ ਤੇ ਅਸੀਂ ਉਹਨਾਂ ਨੂੰ ਇਹੀ ਅਨਾਊਂਸਮੈਂਟ ਕਰਕੇ ਇਹੀ ਕਹਾਂਗੇ ਕਿ ਤੁਸੀਂ ਰਾਹਤ ਕੇਂਦਰ ਸ਼ਿਫਟ ਕਰ ਦਿਓ ਟਿਲ ਦ ਟਾਈਮ ਹੈ ਸਾਰਾ ਠੀਕ ਨੋਰਮਲਾਈਜ਼ ਹੋ ਜਾਏ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਬਣਾਏ ਗਏ ਹੈ 17 ਰਾਹਤ ਕੇਂਦਰ ਬਣਾਏ ਗਏ ਹੈ ਹਰ ਤਰ੍ਹਾਂ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਬਿਜਲੀ ਪਾਣੀ ਖਾਣ ਪੀਣ ਦਾ ਇਹਨਾਂ ਦਾ ਰਹਿਣ ਦਾ ਇੰਤਜ਼ਾਮ ਹਰ ਚੀਜ਼ ਦਾ ਇੰਤਜ਼ਾਮ ਪਸ਼ੂਆਂ ਦਾ ਇੰਤਜ਼ਾਮ ਸਾਰਾ ਕੁਛ ਇੰਤਜ਼ਾਮ ਜ਼ਿਲ੍ਹਾ ਪ੍ਰਸ਼ਾਸਨ ਇਸਦੀ ਮੀਟਿੰਗ ਅਸੀਂ ਇੱਥੇ ਤਾਂ ਰੱਖੀਏ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਆਫਿਸ 'ਚ ਬੈਠ ਕੇ ਨਹੀਂ ਇੱਥੇ ਪਤਾ ਲੱਗੇ ਕਿ ਕਿਹੜੇ ਚੋਂ ਪਾਣੀ ਆਉਣਾ ਹੈ ਕਿਸ ਪਾਸੇ ਆਉਣਾ ਹੈ ਕਿੰਨੇ ਪਿੰਡ ਅਫੈਕਟਡ ਹੋਣਗੇ ਸੋ ਦੈਟ ਜਿਹੜੇ ਆਫੀਸਰ ਵੀ ਰਹਿਣਗੇ ਅਸੀਂ ਉਹਨਾਂ ਦਾ ਕੰਟਰੋਲ ਰੂਮ ਇੱਥੇ ਬਣਾਵਾਂਗੇ ਹਰ ਮਹਿਕਮੇ ਦਾ ਇੱਕ ਬੰਦਾ ਇੱਥੇ ਬੈਠੇਗਾ ਮਾਧਵਪੁਰ ਸਕੂਲ 'ਚ ਤੇ 8-8 ਘੰਟੇ ਦੇ ਉਹਨਾਂ ਦਾ ਰੋਸਟਰ ਬਣਾ ਕੇ ਇੱਥੇ ਰਹਿਣਗੇ ਜਦੋਂ ਤੱਕ ਇਹ ਸਾਰੀ ਪ੍ਰੋਬਲਮ ਸੋਲਵ ਹੋ ਸਾਰਿਆਂ ਦਾ ਗਨ ਅਸੀਂ ਉਹੀ ਰਾਹਤ ਕੇਂਦਰ ਵਗੈਰਾ ਸਾਰੇ ਦੇਖਣ ਆਏ ਆ ਕਿ ਸਾਰੇ ਪ੍ਰਬੰਧ ਮੁਕੰਮਲ ਹਨ ਤਾਂ ਕਿ ਜਦੋਂ ਉਹਨਾਂ ਨੂੰ ਸ਼ਿਫਟ ਕਰਨਾ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਕੋਈ ਖੱਜਲ ਖੁਆਰੀ ਨਹੀਂ ਇੱਥੇ ਸਿਹਤ ਦਾ 17-18 ਪਿੰਡ ਮੇਨਲੀ ਜਿਹੜੇ ਇਲਾਕੇ ਨੂੰ 2-3 ਪਿੰਡ ਅਫੈਕਟ ਕਰਨਗੇ ਜ਼ਿਆਦਾ ਹੋਏਗਾ ਬਾਕੀ ਕਿਸੇ ਜਗ੍ਹਾ ਤੱਕ ਘੱਟ ਜਾਏਗਾ ਜਦੋਂ ਘਰਾਂ ਤੱਕ ਪਾਣੀ ਜਾਏਗਾ ਅਸੀਂ ਉਹ ਪਿੰਡ ਅਫੈਕਟ ਹੋਏਗਾ ਪਾਣੀ ਦੀ ਮਦਦ ਅਸੀਂ ਵੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਸਮਾਨ ਲੈ ਪਿੱਛੇ ਜਾਣੇ ਪੈਣਾ ਵੀ ਹੁਕਮ ਆਏ ਨੇ ਵੀ ਪਾਣੀ ਤੁਸੀਂ ਆ ਰਿਹਾ ਪਿੱਛੋਂ ਬਹੁਤ ਜ਼ਿਆਦਾ ਸਮਾਨ ਤੋਂ ਚੱਕੋ ਹੁਣ ਪਿੱਛੇ ਜਾਂਦੇ ਕਿਤੇ ਰਿਸ਼ਤੇਦਾਰਾਂ ਤੇ ਕਿਤੇ ਜਾਂਦੇ ਕੋਈ ਥਾਂ ਦੇਣਗੇ ਫਾਲ ਕੇ ਕਿਤੇ ਬੈਠਣ ਵਾਸਤੇ ਸਾਨੂੰ ਮਤਲਬ ਹੁਕਮ ਵੀ ਸੁਰੱਖਿਅਤ ਸਥਾਨ ਤੇ ਪਹੁੰਚੋ ਤੇ ਪਾਣੀ ਆ ਰਿਹਾ ਫਲੱਡ ਬਹੁਤ ਜ਼ਿਆਦਾ ਪਾਣੀ ਚੱਲੀ ਜਾਂਦਾ ਰਾਤ ਦਰਾਜਾ ਖੁੱਲ ਹੋ ਗਿਆ ਖੇਤਾਂ ਚ ਮਤਲਬ ਵਧੀ ਜਾਂਦਾ ਹੁਣ ਹਫੜਾ ਦਫੜੀ ਮਚੀ ਏਦਾਂ ਦੀ ਹਾਂਜੀ ਹਾਂਜੀ ਕੁਛ ਕੁਛ ਚੱਕ ਰਹੇ ਨੇ ਕੁਛ ਅਜੇ ਬੈਠੇ ਆ ਆਰਾਮ ਨਾਲ ਫਿਰ ਚੱਕਾਂਗੇ ਦੋ ਰੋਕੇ ਬਸ 300 ਕਰ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ ਕੋਈ ਫਸਲ ਨਹੀਂ ਬਚਦੀ ਕੁਛ ਨਹੀਂ ਬਚਦਾ ਸਾਡਾ ਕੱਚੀਆਂ ਪੈਲੀਆਂ ਸਾਡੀਆਂ ਬਾਦਾਂ ਵੇਲੇ ਪੱਖੀਆਂ ਕੀਤੀਆਂ ਸਨ ਉਹਨਾਂ ਨੇ ਬਾਅਦ ਚ ਉਹ ਵੀ ਕੱਚੀਆਂ ਹੋ ਗਈਆਂ ਸਾਡੀਆਂ ਹੁਣ ਮੁਆਵਜ਼ਾ ਵੀ ਸਾਨੂੰ ਨਹੀਂ ਮਿਲਦਾ ਦੁਖੀ ਹੈ ਅਸੀਂ ਬਹੁਤ ਹਾਂਜੀ ਅਲੋਸਮੈਂਟ ਹੋਈ ਸੀ ਉਹ ਕਹਿੰਦੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਤੇ ਆਪਦਾ ਸੁਰੱਖਿਅਤ ਥਾਂ ਤੇ ਪਹੁੰਚ ਜਾਊਗਾ ਫਸਲਾਂ ਨੁਕਸਾਨ ਜਿਹਦਾ ਪਾਣੀ ਦੱਸੀ ਜਾਂਦੇ ਮੇਰੇ ਹਿਸਾਬ ਨਾਲ 100% ਹੋ ਜਾਏਗਾ ਪਿਛਲਾ ਵਾਰ ਤਾਂ ਮੰਨ ਲੈ ਵੀ ਬਹੁਤ ਜ਼ਿਆਦਾ ਹੋਇਆ ਸੀ ਨੀਵੇਂ ਨੇ ਥਾਂ ਤੇ ਕਾਫੀ ਹੋ ਗਿਆ ਸੀ ਪ੍ਰਿਆਤਕਾਂ ਉੱਚੇ ਥਾਂ ਦੱਸੀ ਸਾਰੇ ਪਾਸੇ ਹੋ ਜਾਂਦੇ ਨੁਕਸਾਨ ਉਹ ਰੁਕਿਆ ਗਿਆ ਵੀ ਜਨਤਾ ਨੂੰ ਬਾਹਰ ਕੱਢਿਆ ਜਾਵੇ ਤੇ ਡਿਊਟੀ ਲਾਈ ਨੇ ਤੇ ਕੱਢਾ ਵੀ ਜਨਤਾ ਨੂੰ ਬਾਹਰ ਇਹ ਸਦਾ ਸਿੰਘ ਟਾਹਣੀ ਤੋਂ ਅੱਛਾ ਜੀ ਪਿੰਡ ਵੀ ਸੱਦਾ ਜਾਂਦਾ ਵੀ ਰੇਤੇ ਵਾਲੀ ਪਾਣੀ ਤੇ ਪਿੰਡ ਇਕੱਠਾ ਹੀ ਹੈ ਸਮਾਨ ਹੈ ਅਜੇ ਕੱਢੀ ਜਾਂਦੇ ਵੀ ਜਿਵੇਂ ਜਿਵੇਂ ਜਨਤਾ ਕਹਿਣੇ ਮੰਨਦੀ ਪਈ ਹੈ ਉਵੇਂ ਕੱਢਦੀ ਪਏ ਸਾਰੇ ਪਿੰਡ ਨੂੰ ਵੀ ਖਾਲੀ ਤੇ ਜਿਹੜੇ ਨਾ ਜਿਵੇਂ ਡੋਬੇ ਚ ਗਏ ਹੈ ਸਾਰਿਆਂ ਨੂੰ ਕੱਢਦੇ ਪਏ ਵੀ ਜਿਵੇਂ ਖਬਰ ਦੱਸਦੇ ਪਏ ਨੇ ਸਾਰੀ ਵੀ ਉਵੇਂ ਤਾਂ ਖਤਰਾ ਹੀ ਹੈ ਇੱਥੇ ਵੀ ਅੱਗੇ ਵੀ ਖਤਰੇ ਚ ਹੀ ਹੈ ਟਾਣੀਆਂ ਪਿੰਡ ਹੈਗੇ ਨੇ ਇੱਥੇ ਅੱਗੇ ਵੀ ਸਰਕਾਰ ਨੇ ਵੀ ਨਹੀਂ ਕੁਛ ਦਿੱਤਾ ਵੀ ਐਵੇਂ ਸਾਰਾ ਕੁਝ ਇਸ ਤਰ੍ਹਾਂ ਲੋਹ ਸਮਿਟਾ ਜੀ ਇਹ ਵੀ ਹੋਈਆਂ ਸਾਰਾ ਕੁਛ ਹੋਇਆ ਕੋਈ ਇੱਥੇ ਨਹੀਂ ਮੰਗ ਮਿਲੀ ਸਾਨੂੰ ਤਾਂ ਕਹਿ ਰਿਹਾ ਵੀ ਹੁਣ ਜਨਤਾ ਕਢਾਓ ਤੇ ਹੁਣ ਜਨਤਾ ਨੂੰ ਆਗਾ ਫਿਰ ਵੀ ਨਾ ਕੁਛ ਡੁੱਬਣਾ ਹੀ ਚੰਗਾ ਹੈ ਇਸ ਨੂੰ ਇਹ ਤੇ ਫਾਈਲ ਕਈ ਕਹਿੰਦੇ ਨੇ ਹੁਣ ਕੀ ਪਤਾ ਉੱਥੇ ਕੁਛ ਦਿੰਦੇ ਨੇ ਕਿ ਨਹੀਂ ਬੈਣ ਥਾਂ ਤੂੰ ਇਹ ਹੁਣ ਵਧਾ ਆਉਂਦਾ ਹੈ ਪਾਣੀ ਦੱਸੀ ਜਾਂਦੇ ਨੇ।